روئے ظہور امام زمانہ علیہ السلام. بسم اللہ الرحمن الرحیم. اللہم کل ولیک الحجۃ ابن الحسن صلواتک علیہ وعلی آبائہ فی ہذہ الساعۃ وفی کل ساعۃ ولیاً وحافظاً قائداً وناصراً ودلیلاً وعیناً حتیٰ تسکنہ ارضک و تمتعہ فیہا طویلا. یا رب الحسین بحق الحسین اشف صدر الحسین بظہور الحجت القائم علیہ السلام وصلی علی محمد و آل محمد فاجل فرجا قائم آل محمد. سارے صاحبان مل کے عزت زہرات بلند ترین صلوات پڑھنا عظیم عبادت ہے. سارے صاحبان مل کے باواز بلند صلوات. ایسی صلوات تلاوت فرماؤ جو رکی ہوئیاں دعاواں مستجاب ہو جان. اللہ نعرہ تکبیر نعرہ رسالت سارے بولو نعرہ حیدری حسینیت یزیدیت آل محمد ہر دشمن پہ لعنت. مل کے باواز بلند صلوات. ماشاء اللہ ولا باللہ العلی العظیم. بسم اللہ الرحمن الرحیم. للمتقين والجنة للمؤمنين الصلوات والسلام على سيد والمرسلین سونے نبی دی ذات صلوات وسیع وزیر وارث علم علم الاولین والآخرین علی ولی دی ذات صلوات فی یوم الخندق افضل من عبادت ثقلین. نعرہ حیدری الصلاۃ والسلام علی عبده مریض صغیر و حرم
ਸਦਕੇ ਜਾਵਾਂ, ਮੈਂ ਸਦਕੇ ਜਾਵਾਂ ਬੜੇ ਹੌਸਲੇ ਨਾਲ। ਔਰ ਜਦਾ ਛਿੰਦਣ ਲਗਾ ਫਲ ਬਰਛੀ ਦਾ ਕੋਲ ਮੁਰਸਲ ਹੈਰਾਨ ਜਿੰਦ ਪਿਓ ਨੂੰ ਮਲਕਰ ਆਲੋ ਮੌਤ ਆਖੇ ਤੇਰੇ ਅਕਬਰ ਦਾ। ਮੈਂ ਸਦਕੇ ਜਾਵਾਂ, ਮੈਂ ਸਦਕੇ ਜਾਵਾਂ, ਵਕਤ ਇਤਨਾ ਬਚ ਗਿਆ, ਮੈਂ ਲੱਖ ਦਫਾ ਖਾ ਜਦੋਂ ਛਿਪਣ ਲਗਾ ਫਲ ਬਰਛੀ ਦਾ ਕੋਲ ਮੁਰਸਲ ਹੈਰਾਨ ਜਿੰਦ ਪਿਓ ਨੂੰ ਮਲਕਰ ਆਲੋ ਮੌਤ ਆਖੇ ਤੇਰੇ ਅਕਬਰ ਦਾ ਅਰਮਾਨ। ਮੈਂ ਸੈਯਦਾਂ ਪੰਜੀ ਮੁਹਰਮ ਹੱਥ ਬੱਧੀ ਖਲੋਤਾ, ਜਿਹੜਾ ਮਾਤਮ ਨਾ ਕਰ ਸਕੇ ਉਹ ਹਾਏ ਜ਼ਰੂਰ ਕਰੇ। ਮੈਂ ਅਕਬਰ ਦੀ ਜਵਾਨੀ ਪਿਆ ਪੜਦਾ, ਹੁਸੈਨ ਦਾ ਕਿਤਨਾ ਸੋਹਣਾ ਪੁੱਤਰਾਈ ਅਦਾਦਾਰੋ ਹੁਸੈਨ ਭੈਣ ਦੇ ਖੈਮੇ ਦੇ ਸਾਹਮਣੇ ਆਇਆ ਆਦੈ ਜ਼ੈਨਬ ਜਿਲਦੀਆ। ਮੈਂ ਅਕਬਰ ਨੂੰ ਪੱਗ ਬਧਵਾਉਣੀ ਹੈ ਅਲਾਦਾਰੋ ਆਲੀਆ ਦੀ ਆਵਾਜ਼ ਆਉਂਦੀ ਹੁਸੈਨ ਬਧਵਾ। ਸਾਰਾ ਮਜ਼ਮੂਨ ਛੋੜ ਦਿੱਤਾ ਹੈ ਹੁਸੈਨ ਭੈਣਾਂ ਦੇ ਸਾਹਮਣੇ ਅਕਬਰ ਦੇ ਸਰ ਤੇ ਦਸਤਾਰ ਬਧਾਉਣੀ ਸ਼ੁਰੂ ਕੀਤੀ ਹੈ। ਵਲ ਨਬਲੋ ਵੰਨਾ ਕੌਮ ਬਿਸ਼ੈ ਮਿਨਲ ਖੌਫ ਵਲ ਜੂ ਵਨਕਸ ਮਿਨਲ ਅਮਵਾਲ ਵਬਸ਼ਰ ਸਾਬਰੀਨ ਅਲਜ਼ੀਨ ਇਜ਼ਾ ਅਸਾਬਤਹੁਮ ਮੁਸੀਬਾ ਖਾਲੂ ਨਲ ਚਮੀ ਛੇ ਕੁੜੀ ਮਾਰੀ ਆਵੋ ਮਸ ਅਕਬਰ ਦੀ ਖੜਾ ਪੁੱਤਰ ਨੂੰ ਪੱਗ ਬਧਵਾਵੇ ਸਿਹਰੇ ਦੀ ਜਾਤੇ ਆਵੋ ਅਕਬਰ ਨੂੰ ਖੜਾ ਤਹਾ ਤੋ ਲਹਨਾ ਅਲਾਦਾਰੋ ਜਿਹੜਾ ਮਾਹੌਲ ਬਣ ਕੇ ਮੈਂ ਸਦਕੇ ਜਾਵਾਂ ਚੁੰਮੀ ਛੇਕੜੀ ਵਾਰੀ ਮਾਤਮ ਸੋਹਣਾ ਲੱਗਦਾ ਹੈ, ਮਾਤਮ ਸੋਹਣਾ ਲੱਗਦਾ ਹੈ। ਜਿਹੜਾ ਅਕਬਰ ਨੂੰ ਨਹੀਂ ਰੋ ਸਕਦਾ ਉਹ ਕਦਰ ਸੀ ਅਲਾਦਾਰੋ ਚੁੰਮੀ ਛੇਕੜੀ ਵਾਰੀ ਆਵੋ ਮਸਨਾਨ ਦੀ ਖੜਾ ਪੁੱਤਰ ਨੂੰ ਪੱਗ ਬਧਵਾਵੇ ਸਿਹਰੇ ਦੀ ਜਾਤੇ ਆਵੋ ਅਕਬਰ ਨੂੰ ਜਲਦੀ ਖੈਮਾ ਛੋੜ ਮਦਾ ਮੇਰੀ ਕੋਈ ਪਰਦਾਦਾਰ ਵੀ ਬਿਮਾਰ ਨਾ ਜਾਵੇ। ਅਕਬਰ ਦਾ ਘੋੜਾ ਚਾਰ ਕਦਮਾਂ ਤੇ ਆਇਆ ਹੈ ਅਲਾਦਾਰੋ ਚੌਂ ਸਾਲਾਂ ਦੀ ਭੈਣ ਜਿਹੜੀ ਸਾਹਮਣੇ ਆ ਗਿਆ ਦੀ ਅਕਬਰ ਮੈਂ ਵੀ ਮਿਲਣਾ ਹੀ ਆ ਤੂੰ ਥੱਕ ਗਿਆ ਅਲਾਦਾਰੋ ਅਕਬਰ ਦੀ ਆਵਾਜ਼ ਆਉਂਦੀ ਹੈ ਅੱਗੇ ਬਾਬੇ ਬੜਾ ਔਖਾ ਸਵਾਰ ਕਰਾਇਆ ਹੈ ਆਵਾਜ਼ ਆਉਂਦੀ ਹੈ ਮੈਂ ਲਹਾਵਣ ਨਹੀਂ ਆਏ ਤੂੰ ਪੈਰ ਰੱਖਾ ਜੋ ਕਾਟ ਮੈਂ ਤੇਰੇ ਪੈਰਾਂ ਤੇ ਬਸ ਸੜਨੀ ਆ ਅਲਾਦਾਰੋ ਹੁਸੈਨ ਦੀ ਆਵਾਜ਼ ਆਉਂਦੀ ਹੈ ਅਕਬਰ ਤੁਰ ਜਾ ਮੈਨੂੰ ਮਿੰਬਰ ਦੀ ਕਸਮ ਹੈ ਅਕਬਰ ਜਿਹੜੇ ਲੈ 17ਵੇਂ ਕਦਮ ਤੇ ਗਿਆ ਹੁਸੈਨ ਕਦੀ ਛੱਡਦਾ ਕਦੀ ਉੱਠਦਾ ਏ ਆਦਾ ਇੱਕ ਵਾਰੀ ਮੂੰਹ ਚੁਮਵਾਈ ਜਾ। ਮੈਂ ਸਦਕੇ ਜਾਵਾਂ ਜਿਹੜੇ ਮਾਤਮੀ ਬੈਠੇ ਹੋ ਇੱਕ ਵਾਰੀ ਹੱਥ ਵਿਖਾਓ ਜਿੰਨਾ ਹੱਥਾਂ ਤੇ ਮਾਤਮ ਦੀ ਲਕੀਰ ਹੈ ਮੈਂ ਤੁਹਾਨੂੰ ਵੈਣ ਸੁਣਾਵਾਂ ਅਲਾਦਾਰੋ ਅਕਬਰ ਦਾ ਘੋੜਾ ਜਿਹੜੇ ਲੈ ਗਿਆ ਏ ਹੁਸੈਨ ਦੀ ਇਹ ਹਾਲਤ ਹੁਸੈਨ ਕਦੀ ਛੱਡਦਾ ਕਦੀ ਉੱਠਦਾ ਏ ਕਦੀ ਛੱਡਦਾ ਏ ਕਦੀ ਉੱਠਦਾ ਏ ਇਹ ਹਾਲਤ ਕਾਇਮ ਦਿੱਤੀ ਏ ਅਲਾਦਾਰੋ ਫਜ਼ਲ ਦੇ ਬਾਬੇ ਅਬਾਸ ਅਬਾਸ ਹੁਸੈਨ ਦੇ ਕਦਮਾਂ ਤੇ ਹੱਥ ਲਾ ਕੇ ਆਦਾ ਕਿਉਂ ਤੁਰਦੇ ਪੁੱਤਾ। ਮਾਤਮ ਸੋਹਣਾ ਲੱਗਦਾ ਏ ਸਾਰੇ ਮਾਤਮ ਸ਼ਾਮਲ ਹੋ ਆਏ ਉਹ ਕਿਉਂ ਤੁਰਦੇ ਪੁੱਤਾ ਰਦੀ ਕਰਵੇ ਥਾਏ ਸਾਡ ਮਾਰ ਕੇ ਪੁੱਤਾ ਹੱਥ ਨਹੀਂ ਬੰਨਣੇ ਬਸ ਮੈਂ ਗੁਲਾਮਾ ਅਲੀ ਦੀਆਂ ਧੀਆਂ ਰਾਜ ਕਿਉਂ ਟੁਰਦੇ ਪੁੱਤਰ
ਤੇ ਕਨਵੇ ਥਾਂ ਸਨ ਮਾਰ ਕੇ ਪੁੱਤਾ ਰਵਲਾ ਚਾ ਅਦਾਦਾਰੋ ਜਿਹੜੇ ਬਜ਼ੁਰਗ ਬੈਠੇ ਨੇ ਜਿੰਨਾ ਪੁੱਤਰਾਂ ਨੂੰ ਸਿਹਰੇ ਪਾਉਣੇ ਨਾ ਅਦਾਦਾਰੋ ਉਹਨਾਂ ਦੀ ਹਾਏ ਜ਼ਰੂਰ ਆਣੀ ਚਾਹੀਦੀ ਹੈ। ਉਸ ਵੇਲੇ ਹੁਸੈਨ ਅੱਬਾਸ ਦੇ ਪਾਸੇ ਵੇਖਿਆ ਦੇ ਨੇ ਦੂਰ ਵਾਜ ਅਕਬਰ ਉਹ ਮੇਰੀ ਨਿਖ ਵੈਸੀ ਮੇਰੀ ਜ਼ਿੰਦਗੀ ਦਾ ਸਰਮਾਇਆ ਹਾਏ ਮੌਸਮ ਤੇ ਵੋ ਸ਼ਾਦੀ ਦੇ ਨਹੀਂ ਸਹਰਾ ਸਗਾ ਨਾ ਪਾਇਆ ਤੇਰੇ ਦੂਰ ਦੇ ਸੰਗਤੀ ਓ ਮੈਥੋ ਆ ਪੁੱਛ ਸੈਨ ਤੁਸਾਂ ਅਕਬਰ ਨਹੀਂ ਪਰ ਨਾਇਆ ਅਰਮਾਨ ਹੋਏ ਓ ਪਿਆ ਮੌਤ ਦੋਵੇਂ ਤੈਨੂੰ ਪਾਣੀ ਨਹੀਂ ਜ਼ਿੰਦਗੀ ਚ ਹਾਏ ਨਹੀਂ ਕਰ ਸਕਿਆ ਬਿਲਕੁਲ ਮੈਂ ਛੋੜ ਦਿੱਤਾ ਹੈ ਸਾਰਾ ਮਜ਼ਮੂਨ ਹੁਸੈਨ ਦਾ ਅਕਬਰ ਮੈਦਾਨ ਚ ਆਇਆ ਸੋਹਣੀ ਵਜ੍ਹਾ ਜਾਮ ਕਰਦਾ ਆਈ ਅਦਾਦਾਰੋ ਦੂਰ ਦੂਰ ਤੱਕ ਆਵਾਜ਼ ਆਵਿਆ ਅੱਲਾਹ ਅਕਬਰ ਅਦਾਦਾਰੋ ਇੱਕ ਬੇਗੈਰਤ ਜਿਹੜਾ ਦਾ ਅਕਬਰ ਤੂੰ ਜੰਗ ਵਜ੍ਹਾ ਕਰਦਾ ਹੈ ਉਹਦੇ ਜ਼ੈਨਬ ਦੇ ਖੈਮੇ ਨੂੰ ਅੱਗ ਲੱਗ ਗਈ ਹੈ ਅਦਾਦਾਰੋ ਅਕਬਰ ਨੇ ਮੋੜ ਕੇ ਦਿੱਤਾ ਹੈ ਬੇਗੈਰਤ ਨੇ ਵਾਰ ਕੀਤਾ ਹੈ ਅਕਬਰ ਘੋੜੇ ਦੀ ਜ਼ੀਨ ਤੋਂ ਜ਼ਮੀਨ ਤੇ ਆਇਆ ਹੈ ਹੁਸੈਨ ਦੀ ਆਵਾਜ਼ ਆਉਂਦੀ ਹੈ ਕਾਇਮ ਇੱਛਾ ਹੋਵੇ ਮਾਤਮ ਸੋਹਣਾ ਲੱਗਦਾ ਹੈ ਮਾਤਮ ਸੋਹਣਾ ਲੱਗਦਾ ਹੈ ਇੱਕ ਵਾਰੀ ਸਾਰੇ ਸਾਲ ਦਾ ਪੁਰਸਾ ਪੜਿਆ ਹੈ ਹੋ ਕਾਇਮ ਇੱਛਾ ਹੋਵੇ ਹੋ ਮੇਰੇ ਨਾਮ ਹੋ ਮਸਜਿਦ ਅਕਸਾ ਤੂੰ ਲਾਨਾ ਇੰਨਾ ਇਲਾਨਾ ਸਾਰੇ ਜਾਦੋ ਦਿਓ ਅਗਲਾ ਵੈਣ ਸੁਣਾ ਦੇਵਾਂ ਜਿੱਦਾਂ ਹੁਸੈਨ ਨੂੰ ਅਕਬਰ ਨਜ਼ਰ ਨਹੀਂ ਆਇਆ ਹੁਸੈਨ ਖੈਮੇ ਦੇ ਸਾਹਮਣੇ ਆਇਆ ਹੈ ਹੁਸੈਨ ਦੀ ਇਹ ਹਾਲਤ ਜਨਾਬ ਲੈਲਾ ਨੇ ਦਿੱਤੀ ਹੈ ਜਨਾਬ ਲੈਲਾ ਰੋ ਰੋ ਕੇ ਆਦੀ ਹੈ ਭਾਵੇਂ ਔਖਾ ਚੰਦ ਕਦਮ ਦੂਰ ਆਈ ਖੈਮਾ ਉਸ ਵੇਲੇ ਅਕਬਰ ਦਾ ਲਹਿਰ ਲਗਾ ਹੁਸੈਨ ਨੇ ਸਰ ਤੋਂ ਮਾਮਾ ਲਹਾਇਆ ਹੈ ਖੈਮਿਆਂ ਦੇ ਪਾਸੇ ਇਸ਼ਾਰਾ ਕਰ ਗਿਆ ਗਏ ਜਿੰਨਾ ਮਿਲਣਾ ਹੈ ਜੀਨੇ ਹੁਣ ਮਾਤਮ ਦਾ ਪੁਰਸਾ ਬਾਬੇ ਦੇ ਹੱਥ ਪਕੜੋ ਇਹਨਾਂ ਜ਼ਿੰਦਗੀ ਨਾਲ ਹੋਵੇ ਬੜੇ ਹੌਸਲੇ ਨਾਲ ਹੱਥ ਪਕੜੋ ਜਵਾਨਾਂ ਦੇ ਮੈਂ ਡਰਦਾ ਪਿਆ ਬਾਬਾ ਜੀ ਅਕਬਰ ਸ਼ਾਹ ਜੀ ਮੈਂ ਡਰਦਾ ਪਿਆ ਅਗਲਾ ਵੈਣ ਜਵਾਨਾ ਬਰਦਾਸ਼ਤ ਨਹੀਂ ਕਰਨਾ ਅਗਰ ਸਾਰੇ ਜਾਗ ਦਿਓ ਤੇ ਮੈਂ ਕਰ ਦਿਓ ਵੈਣ ਉਹ ਤੋੜੇ ਔਖਾ ਲੱਥੇ ਕੁਝ ਬੋਲਕ ਕਰ ਉਹ ਪਿਓ ਰੁਲ ਗਈ ਵਿੱਚ ਸਹਾਰਾ ਦੇ ਸਹੀਆ ਦੀ ਆਵਾਜ਼ ਆਉਂਦੀ ਹੈ ਜਿੰਨਾ ਮਿਲਣਾ ਜੀਨੇ ਆਲੋ ਅਕਬਰ ਨੂੰ ਕਰੋ ਜਲਦੀ ਦੇ ਅਰੇ ਨਾ ਲਾਵੋ ਅਗਰ ਪੰਜੀ ਮੁਹਰਮ ਨੂੰ ਜਿਹੜਾ ਹੁਸੈਨ ਦੇ ਅਕਬਰ ਨੂੰ ਨਹੀਂ ਰੋ ਸਕਦਾ ਉਹ ਕਦਮ ਰੋਸੀ ਇੱਕ ਵਾਰੀ ਹੱਥ ਬੁਲੰਦ ਕਰੋ ਰੋਵਣ ਨਾ ਵੀ ਆਵੇ ਤੇ ਸਰ ਦਾ ਜਾਂ ਸੀਨੇ ਦਾ ਪੁਰਸਾ ਜ਼ਰੂਰ ਫੜਿਆ ਇਹ ਅਲੀ ਦੀਆਂ ਧੀਆਂ ਦੀ ਹਸਰਤ ਹੈ ਅਦਾਦਾਰੋ ਜਿਸ ਵੇਲੇ ਹੁਸੈਨ ਖੈਮੇ ਚ ਅਕਬਰ ਨੂੰ ਲੈ ਉਸ ਵੇਲੇ ਜਿਹੜੀ ਹਾਲਤ ਆਈ ਨਾ ਉਹ ਬੜੀ ਔਖੀ ਆਈ
ਅਦਾਦਾ ਰੋ ਜਿਸ ਵੇਲੇ ਖੈਮੇ ਚਾ ਲਿਖਾਇਆ ਨਾ ਤੇ ਅਲੀ ਦੀ ਧੀ ਬਹਿਣ ਕੀਤਾ ਹੈ ਹੋ ਜ਼ਹਰਾ ਦਾ ਜਾਇਆ ਅੱਲਾ ਦਾ ਸਾਇਆ ਅਕਬਰ ਦੇ ਸੀਨੇ ਤੂੰ ਜ਼ਰਾ ਹੱਥ ਕੋਈ ਮਦੀਨੇ ਸਰਮਾਦਮ ਕਰੋ ਉਹ ਬੰਦੇ ਕੋਈ ਮਦੀਨੇ